गुड मॉर्निंग मम्मा। गुड मॉर्निंग मम्मा, मैंने नाश्ता दे दो, मैं लेट हो रहा। दलबीर रोटी ले आ जल्दी, अनमोल स्कूल ली लेट हो रहा। ले आ भी दलबीर, छेती छेती नाश्ता ले आ, बड़ी भूख लगी। हां जी बस ले आ रही हां जी। मैं क्या, तुसी रुक जाओ जी 2 मिनट, अनमोल लेट हो रहा है स्कूल ली, तुसी बाद च नाश्ता कर लेना। एक ते इतना हौली हौली काम कर दिया, कितनी बार इन्हू क्या सिरे टाइम नाल आ जाएगा, इन्हां लोकां नू ते एडवांस दे दियो ते बस। मैडम ਤੁਸੀਂ ਮੈਨੂੰ 7 ਵਜੇ ਦਾ ਟਾਈਮ ਦਿੱਤਾ ਸੀ, ਪਰ ਮੈਂ 7:45 ਆ ਜਾਂਦੀ ਜੇ ਆ ਜਾਂਦੀ ਹੈ ਨਾ, ਤੂੰ ਕੋਈ ਆਸਾਨ ਨਹੀਂ ਕਰਦੀ, ਅਸੀਂ ਵੀ ਤੇ ਲੋੜ ਕੋ ਵੇਲੇ ਤੇਰੀਆਂ ਗਰਜ਼ਾਂ ਪੂਰੀਆਂ ਕਰਦੇ ਆ। ਮੈਂ ਵੀ ਆਪਣੇ ਬੱਚਿਆਂ ਦਾ ਖਾਣਾ ਬਣਾ ਕੇ ਆਣਾ ਹੁੰਦਾ ਤੇ ਉਹਨਾਂ ਨੇ ਵੀ ਸਕੂਲ ਜਾਣਾ ਹੁੰਦਾ। ਉਹਨਾਂ ਨੇ ਪੜ੍ਹ ਲਿਖ ਕੇ ਕੋਈ ਅਫਸਰ ਨਹੀਂ ਲੱਗ ਜਾਣਾ, ਕਰਨਾ ਸਾਡੇ ਘਰ ਦਾ ਕੰਮ ਹੀ ਹੈ। ਮੈਡਮ ਜੀ ਤੁਹਾਨੂੰ ਕੋਈ ਹੱਕ ਨਹੀਂ ਇੰਨੀ ਗੱਲ ਕਰਨ ਦਾ, ਮੈਂ ਤੁਹਾਡੇ ਘਰ ਦਾ ਕੰਮ ਕਰਦੀ ਹਾਂ, ਇਹ ਮੇਰੀ ਮਜਬੂਰੀ ਹੈ ਤੇ ਤੁਸੀਂ ਲੋਕ ਸਾਡੇ ਹੀ ਕੰਮ ਦਾ ਫਾਇਦਾ ਉਠਾਉਂਦੇ ਹੋ। ਮੈਂ ਨਹੀਂ ਕਰਨਾ ਤੁਹਾਡਾ ਕੋਈ ਕੰਮ, ਤੁਹਾਨੂੰ ਤੇ ਬਸ ਗੁਲਾਮ ਹੀ ਚਾਹੀਦੇ ਨੇ। ਚੱਲ ਵੀ ਅਨਮੋਲ, ਤੈਨੂੰ ਸਕੂਲ ਛੱਡ ਕੇ ਆਵਾਂ, ਅੱਜ ਤੇਰੀ ਮੰਮੀ ਬਹੁਤ ਕਰਮ ਹੈ, ਲੱਗਦਾ ਅੱਜ ਨਾਸ਼ਤਾ ਨਹੀਂ ਮਿਲ, ਕਸੂਰ ਆਪਣਾ ਹੁੰਦਾ ਤੇ ਕੱਢੀ ਕਿਸੇ ਤੇ ਜਾਂਦੀ ਹੈ। ਕੀ ਕਿਹਾ ਤੁਸੀਂ? ਮੈਂ ਕੀ ਕਹਿਣਾ, ਮੈਂ ਤੇ ਉਹਨੂੰ ਸਕੂਲ ਛੱਡਣ ਦੀ ਗੱਲ ਕਰ ਰਿਹਾ। ਚੱਲ ਬਈ ਅਨਮੋਲ, ਕੰਟੀਨ ਚ ਜਾ ਕੇ ਨਾਸ਼ਤਾ ਕਰਦੇ ਹਾਂ। ਬਾਏ ਪਾਪਾ। ਬਾਏ ਇਨ ਦਾ ਸੇਮ ਵੇ ਕਮਿਊਨੀਕੇਸ਼ਨ ਵੈਨ ਵੀ ਇੰਟਰੈਕਟ ਵਿਦ ਦ ਪਰਸਨ, ਓਕੇ? ਇਫ ਆਈ ਐਮ ਮੇਰੀ 3 ਮਹੀਨਿਆਂ ਤੋਂ ਫੀਸ ਨਹੀਂ ਗਈ, ਮੈਨੂੰ ਉਹਦੀ ਟੈਨਸ਼ਨ ਲੱਗੀ ਆ। ਪਾਪਾ ਹਾਂ, ਮੈਂ ਨਾ ਥੱਕ ਗਿਆ, ਤੁਸੀਂ ਚੱਕਰ ਲਗਾਓ, ਮੈਂ ਇੱਥੇ ਬੈਠਦਾ। ਚੱਲ ਤੂੰ ਬੈਠ, ਮੈਂ ਚੱਕਰ ਲਗਾ ਕੇ ਆਇਆ। ਠੀਕ ਹੈ। ਸਟਿੱਕਰ ਲੈ ਲਓ, ਮੇਰੀ 3 ਮਹੀਨਿਆਂ ਤੋਂ ਫੀਸ ਨਹੀਂ ਗਈ, ਮੈਨੂੰ ਵੀਰੇ ਸਟਿੱਕਰ ਲੈ ਲਓ, ਸਟਿੱਕਰ ਲੈ ਲਓ, ਸਟਿੱਕਰ ਲੈ ਲਓ, ਸਟਿੱਕਰ ਲੈ ਲਓ ਵੀਰੇ, ਸਟਿੱਕਰ ਲੈ ਲਓ, ਸਟਿੱਕਰ ਤਾਂ ਤੇਰੇ ਬਹੁਤ ਸੋਹਣੇ ਨੇ, ਪਰ ਮੇਰੇ ਕੋਲ ਇਸ ਵੇਲੇ ਪੈਸੇ ਨਹੀਂ ਹੈਗੇ। ਠੀਕ ਹੈ। ਇੱਕ ਮਿੰਟ, ਤੂੰ ਭਲਾ ਅੰਮ੍ਰਿਤਸਰ ਪਬਲਿਕ ਸਕੂਲ ਨਹੀਂ ਪੜ੍ਹਦੀ? ਹਾਂਜੀ, ਪਰ ਤੁਹਾਨੂੰ ਕਿਵੇਂ ਪਤਾ? ਤੂੰ ਮੈਨੂੰ ਨਹੀਂ ਜਾਣਦੀ, ਪਰ ਮੈਂ ਤੈਨੂੰ ਜਾਣਦਾ ਹਾਂ। ਪਰ ਤੂੰ ਇਹ ਸਟਿੱਕਰ ਕਿਉਂ ਵੇਚ ਰਹੀ ਹੈ? ਮੇਰੇ ਪਾਪਾ ਬਹੁਤ ਬਿਮਾਰ ਰਹਿੰਦੇ ਨੇ ਤੇ ਮੰਮੀ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ ਤੇ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ, ਪਰ 3 ਮਹੀਨੇ ਤੋਂ ਮੇਰੀ ਫੀਸ ਨਹੀਂ ਗਈ, ਇਸ ਲਈ ਸਕੂਲ ਦੀ ਫੀਸ ਭਰਨ ਲਈ ਮੈਂ ਸਟਿੱਕਰ ਵੇਚ ਰਹੀ ਹਾਂ। ਕੋਈ ਨਾ, ਮੈਂ ਅੱਜ ਤੇਰੇ ਸਾਰੇ ਸਟਿੱਕਰ ਖਰੀਦ ਲੈਣੇ ਨੇ, ਬਸ ਮੇਰੇ ਪਾਪਾ ਨੂੰ ਆ ਲੈਣੇ। ਅਨਮੋਲ ਤੂੰ ਇੱਥੇ ਕੀ ਕਰ ਰਿਹਾ, ਚੱਲ ਨਹੀਂ ਭੱਜ ਇੱਥੋਂ, ਸਵੇਰੇ ਸਵੇਰੇ ਮੰਗਣ ਆ ਜਾਂਦੇ ਨੇ। ਇੱਕ ਮਿੰਟ ਰੁਕ ਜਾ, ਜਾਈ ਨਾ ਪਾਪਾ, ਇਹ ਮੇਰੇ ਕੋਲ ਕੁਝ ਮੰਗਲ ਹੀ ਨਹੀਂ ਆਈ, ਸਗੋਂ ਇਹ ਤਾਂ ਮਿਹਨਤ ਕਰ ਰਹੀ ਹੈ। ਤੁਹਾਨੂੰ ਪਤਾ ਇਹ ਨਾ ਮੇਰੇ ਨਾਲ ਸਕੂਲ ਵਿੱਚ ਪੜ੍ਹਦੀ ਹੈ, ਇਸ ਦੇ ਪਾਪਾ ਬਿਮਾਰ ਹਨ ਜਿਸ ਕਰਕੇ ਇਸ ਕੋਲ ਫੀਸ ਭਰਨ ਦੇ ਪੈਸੇ ਨਹੀਂ ਹਨ, ਇਸ ਕਰਕੇ ਇਹ ਸਟਿੱਕਰ ਵੇਚ ਰਹੀ ਹੈ। ਚਲ ਆਪ ਚਲੀਏ। ਪਾਪਾ ਕੀ ਆਪਾਂ ਇਸ ਦੀ ਮਦਦ ਨਹੀਂ ਕਰ ਸਕਦੇ? ਕਿਉਂ ਨਾ ਆਪਾਂ ਇਸ ਦੀ ਸਾਰੀ ਫੀਸ ਭਰ ਦਈਏ। ਚਲ ਹੁਣ ਤਾਂ ਇੱਥੋਂ ਚੱਲ, ਤੇਰੀ ਮੰਮੀ ਉਡੀਕਦੀ ਹੋਣੀ। ਪਾਪਾ
ਅਸੀਂ ਹਜ਼ਾਰਾਂ ਰੁਪਏ ਗੁਰਦੁਆਰੇ ਵਿੱਚ ਚੜਾ ਦਿੰਦੇ ਆ, ਪਰ ਕੀ ਕਿਸੇ ਲੋੜਵੰਦ ਦੀ ਮਦਦ ਨਹੀਂ ਕਰ ਸਕਦੇ? ਪਾਪਾ, ਗੁਰੂਆਂ ਦੀ ਬਾਣੀ ਵੀ ਤਾਂ ਸਾਨੂੰ ਇਹੀ ਸਿਖਾਉਂਦੀ ਏ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਭਾਵ ਕਿਸੇ ਵੀ ਲੋੜਵੰਦ ਦੀ ਮਦਦ ਕਰਨਾ ਹੀ ਗੁਰੂ ਦੀ ਸੱਚੀ ਸੇਵਾ ਹੈ। ਤੂੰ ਇਹ ਸਾਰੀਆਂ ਗੱਲਾਂ ਕਿੱਥੋਂ ਸਿੱਖੀਆਂ ਅਨਮੋਲ? ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਇੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰ ਸਕਦਾ। ਕੀ ਹੋਇਆ ਪਾਪਾ, ਮੈਂ ਕੁਝ ਗਲਤ ਕਿਹਾ? ਨਹੀਂ ਬੇਟਾ, ਤੂੰ ਕੁਝ ਵੀ ਗਲਤ ਨਹੀਂ ਕਿਹਾ, ਤੂੰ ਬਿਲਕੁਲ ਠੀਕ ਕਿਹਾ ਹੈ। ਪਾਪਾ, ਇਹ ਸਾਰੀਆਂ ਗੱਲਾਂ ਮੈਂ ਗੁਰੂ ਘਰੋਂ ਸਿੱਖੀਆਂ ਨੇ। ਮੈਂ ਬਾਣੀ ਪੜ੍ਹੀ ਅਤੇ ਉਸ ਤੇ ਅਮਲ ਕੀਤਾ। ਮੈਂ ਤਾਂ ਸਾਰਿਆਂ ਨੂੰ ਇਹ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਲੰਗਰ ਤੇ ਛਬੀਲ ਲਾਉਣ ਲਈ ਵੀ ਤਾਂ ਗ੍ਰਾਹੀ ਇਕੱਠੀ ਕਰਦੇ ਹਾਂ, ਕਿਉਂ ਨਾ ਆਪਾਂ ਲੋੜਵੰਦਾਂ ਦੀ ਮਦਦ ਲਈ ਵੀ ਗ੍ਰਾਹੀ ਕਰਿਆ ਕਰੀਏ। ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ। ਅੱਜ ਤੋਂ ਬਾਅਦ ਤੈਨੂੰ ਆਪਣੀ ਪੜ੍ਹਾਈ ਵਾਸਤੇ ਸਟੀਕਰ ਵੇਚਣ ਦੀ ਲੋੜ ਨਹੀਂ। ਮੈਂ ਤੇਰਾ ਸਾਥ ਦਿਆਂਗਾ, ਤੇਰੀ ਸਾਰੀ ਫੀਸ, ਤੇਰੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਚੁੱਕਾਂਗਾ। ਥੈਂਕ ਯੂ ਪਾਪਾ। ਚੱਲ ਆ ਚੱਲੀਏ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਕਮਲ ਦੀ ਫੀਸ ਜਮ੍ਹਾਂ ਕਰਾਉਣਾ। ਕਿਹੜੀ ਕਲਾਸ? 6th ਕਲਾਸ। 2260 ਰੁਪਏ। ਸਰ, ਅੱਜ ਤੋਂ ਕਮਲ ਦੀ ਸਾਰੀ ਪੜ੍ਹਾਈ ਦਾ ਖਰਚਾ ਮੈਂ ਕਰਾਂਗਾ। ਕਮਲ ਬੇਟਾ, ਤੁਸੀਂ ਖੂਬ ਮਨ ਲਗਾ ਕੇ ਪੜ੍ਹਨਾ, ਠੀਕ ਹੈ? ਕਿਸੇ ਤਰ੍ਹਾਂ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ, ਠੀਕ ਹੈ? ਖੁਸ਼ ਹੈ? ਥੈਂਕ ਯੂ ਜੀ। ਪਾਪਾ, ਹਾਂ, ਕਿਉਂ ਨਾ ਆਪਾਂ ਇਹਨੂੰ ਵੀ ਨਾਲ ਲੈ ਚੱਲੀਏ। ਹਾਂ ਹਾਂ, ਚੱਲ ਬੇਟਾ, ਤੈਨੂੰ ਤੇਰੇ ਘਰ ਤੱਕ ਡ੍ਰੌਪ ਕਰ ਦਿੰਨੇ ਆ। ਨਹੀਂ ਅੰਕਲ, ਮੇਰੇ ਮੰਮਾ ਮੈਨੂੰ ਰੋਜ਼ ਲੈਣ ਆਉਂਦੇ, ਅਗਰ ਮੈਂ ਅੱਜ ਨਾ ਮਿਲੀ ਤਾਂ ਉਹਨਾਂ ਨੇ ਪਰੇਸ਼ਾਨ ਹੋ ਜਾਣਾ। ਠੀਕ, ਚਲੋ ਆਪਾਂ ਚੱਲਦੇ। ਬਾਏ। ਕਵਲ। ਮੰਮੀ। ਆ ਗਿਆ ਅਨਮੋਲ ਬੇਟਾ, ਮੱਥਾ ਟੇਕ ਆਇਆ ਗੁਰਦੁਆਰਾ ਸਾਹਿਬ ਤੋਂ? ਹਾਂਜੀ ਪਾਪਾ। ਗੁੱਡ। ਪਾਪਾ, ਬਾਹਰ ਦਲਬੀਰ ਆਂਟੀ ਆਏ ਨੇ। ਦਲਬੀਰ ਆਂਟੀ? ਹਾਂਜੀ। ਸਤਿ ਸ਼੍ਰੀ ਅਕਾਲ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਹਾਂ ਦਲਬੀਰ ਕੌਰ, ਤੂੰ ਕਿੱਧਰ ਆਈ ਹੈ? ਕਿੱਧਰ ਕੀ, ਪੈਸਿਆਂ ਦੀ ਲੋੜ ਪੈ ਗਈ ਹੋਣੀ ਹੈ, ਹੋਰ ਕਿੱਧਰ ਆਣਾ ਇਹਨੇ? ਗਈ ਤੇ ਬੜੀ ਤੂੰ ਆਕਰਨਾ ਸੀ। ਮੈਡਮ ਜੀ, ਮੈਂ ਪੈਸੇ ਲੈਣ ਨਹੀਂ, ਪੈਸੇ ਦੇਣ ਆਈ ਹਾਂ। ਪੈਸੇ? ਇਹ ਕਾਹਦੇ ਪੈਸੇ? ਤੁਸੀਂ ਮੇਰੇ ਬੱਚੇ ਦੀ ਫੀਸ ਜਮ੍ਹਾਂ ਕਰਵਾਈ ਸੀ। ਫੀਸ ਜਮ੍ਹਾਂ ਕਰਵਾਈ ਸੀ? ਕਿਹੜੇ ਬੱਚੇ ਦੀ? ਕਵਲ ਬੇਟਾ, ਇਹ ਕੌਣ ਸੀ? ਇਹ ਵੀਰਾ ਮੇਰੇ ਸਕੂਲੇ ਪੜ੍ਹਦਾ ਤੇ ਇਹਨਾਂ ਦੇ ਪਾਪਾ ਨੇ ਸਾਰੇ ਸਕੂਲ ਦੀ ਫੀਸ ਜਮ੍ਹਾਂ ਕਰਵਾ ਲਈ। ਹਾਂਜੀ, ਕਵਲ ਮੇਰੀ ਬੇਟੀ ਹੈ। ਇਹ ਕੀ ਤਮਾਸ਼ਾ ਲਾਇਆ ਹੈ? ਮੰਮੀ, ਇਹ ਕੋਈ ਤਮਾਸ਼ਾ ਨਹੀਂ ਗਾ। ਮੈਨੂੰ ਇਹ ਗੱਲ ਦੱਸੋ, ਤੁਸੀਂ ਰੋਜ਼ ਗੁਰਦੁਆਰੇ ਜਾਂਦੇ ਹੋ, ਪਰ ਫਿਰ ਵੀ ਤੁਹਾਡੇ ਵਿੱਚ ਇੰਨਾ ਗੁੱਸਾ ਤੇ ਇੰਨੀ ਈਰਖਾ ਕਿਉਂ ਹੈ? ਸਾਨੂੰ ਰੱਬ ਨੇ ਜੋ ਵੀ ਦਿੱਤਾ ਹੈ, ਸਾਨੂੰ ਉਸ ਵਿੱਚੋਂ ਕੁਝ ਦਾ ਸੰਬੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਹੁਣ ਤੁਸੀਂ ਦਲਬੀਰ ਆਂਟੀ ਵੱਲ ਵੇਖੋ, ਲੋਕਾਂ ਦੇ ਘਰ ਜਾ ਕੇ ਮਿਹਨਤ ਕਰਦੇ ਨੇ, ਮੰਗਦੇ ਨਹੀਂ। ਸ਼ਾਬਾਸ਼ ਦਲਬੀਰ, ਸ਼ਾਬਾਸ਼ ਮੇਰੇ ਬੱਚਿਆ, ਮੈਨੂੰ ਮਾਣ ਹੈ ਤੇਰੇ ਤੇ ਤੇਰੀ ਸੋਚ ਤੇ। ਪ੍ਰਾਊਡ ਆਫ ਯੂ। ਮੈਨੂੰ ਮਾਫ ਕਰ ਦੇ ਦਲਬੀਰ ਕੌਰ, ਅੱਜ ਤੋਂ ਬਾਅਦ ਤੇਰੀ ਬੇਟੀ ਦਾ ਸਾਰਾ ਫੀਸ ਦਾ ਖਰਚਾ ਅਸੀਂ ਚੁੱਕਾਂਗੇ।